ਰੁਖ ਨਹੀਂ ਤਾਂ ਮਨੁੱਖ ਨਹੀਂ ਸੁਸਾਇਟੀ ਵੱਲੋਂ ਜੀਟੀ ਰੋਡ ਨੇੜੇ ਹਰਤੇਜ ਹਸਪਤਾਲ ਅੰਮ੍ਰਿਤਸਰ ਵਿਖੇ ਵਨ ਮਹੋਤਸਵ ਮਨਾਇਆ ਗਿਆ। ਵਿਧਾਇਕ ਸੁਨੀਲ ਦੱਤੀ ਮੁੱਖ ਮਹਿਮਾਨ ਸਨ ਅਤੇ ਉਹਨਾਂ ਨੇ ਬੂਟੇ ਲਗਾਏ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਦੀ ਮਿਸ਼ਨ ਤੰਦਰੁਸਤ ਯੋਜਨਾ ਦੇ ਤਹਿਤ ਹਲਕਾ ਅੰਮ੍ਰਿਤਸਰ ਨੌਰਥ ਵਿੱਚ ਪਲਾਂਟੇਸ਼ਨ ਡਰਾਈਵ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਬੂਟੇ ਲਗਾਏ ਜਾ ਰਹੇ ਹਨ। ਗੌਰਵ ਠਾਕੁਰ, ਹਰਵਿੰਦਰ ਅਰੋੜਾ, ਮੌਂਟੂ ਅਰੋੜਾ ਵੀ ਮੌਜੂਦ ਸਨ। ਰੁੱਖ ਨਹੀਂ ਤੇ ਮਨੁੱਖ ਨਹੀਂ, ਇੱਕ ਰੁੱਖ ਤੇ 100 ਸੁੱਖ, ਐਵੇਂ ਨਹੀਂ ਇਹ ਕਹਾਵਤਾਂ ਬਣੀਆਂ। ਅੱਜ ਲੋੜ ਆ ਸਾਰੇ ਵਿਸ਼ਵ ਨੂੰ, ਇਕੱਲੇ ਅੰਮ੍ਰਿਤਸਰ ਨੂੰ ਨਹੀਂ, ਹਿੰਦੁਸਤਾਨ ਨੂੰ ਨਹੀਂ, ਵਿਸ਼ਵ ਨੂੰ ਬਚਾਉਣ ਦੀ ਲੋੜ ਆ। ਵਾਤਾਵਰਨ ਦੂਸ਼ਿਤ ਹੋ ਰਿਹਾ, ਪਾਣੀ ਦੂਸ਼ਿਤ ਹੋ ਰਿਹਾ, ਜੀਣਾ ਔਖਾ ਹੋ ਜਾਏਗਾ ਆਉਣ ਵਾਲੇ 20-25 ਸਾਲ ਬਾਅਦ। ਅੱਜ ਸੋਚਣ ਦਾ ਵੇਲਾ ਹੈਗਾ, ਕੱਲ੍ਹ ਹੱਥੋਂ ਨਿਕਲ ਜਾਣੀ ਹੈ ਸਾਰੀ ਗੱਲ। ਸਾਰਿਆਂ ਨੂੰ ਸ਼ਾਮਿਲ ਹੋਣਾ ਚਾਹੀਦਾ। ਅੱਜ ਮੈਂ ਆਪਣੇ ਨੌਰਥ ਹਲਕੇ ਦੇ ਵਿੱਚ ਇਹ ਟ੍ਰੀ ਪਲਾਂਟੇਸ਼ਨ ਦੀ ਡਰਾਈਵ ਮੈਂ ਆਪਣੇ ਦੋਸਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੇਰੇ ਨੌਜਵਾਨ ਦੋਸਤ ਨੇ ਸਾਰੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਇਹਨਾਂ ਨੇ ਕਮੇਟੀ ਬਣਾਈ ਆ, ਲੈਕਚਰਾਰ ਨੇ, ਕੁਛ ਦੋਸਤ ਕੋਈ ਪੜ੍ਹਦੇ ਨੇ ਬੱਚੇ, ਉਹਨਾਂ ਨੂੰ ਨਾਲ ਲੈ ਕੇ, ਸ਼ਹਿਰ ਵਾਸੀਆਂ ਨੂੰ ਵੀ ਨਾਲ ਲੈ ਕੇ ਅਪੀਲ ਕਰਦਾ ਕਿ ਆਓ। ਇਹ ਇਕੱਲੇ ਸਰਕਾਰ ਦਾ ਕੰਮ ਨਹੀਂ ਹੁੰਦਾ ਜੀ, ਅਸੀਂ ਆਉਣ ਵਾਲੀ ਆਪਣੀ ਜਨਰੇਸ਼ਨ ਲਈ ਕਰਨਾ ਹੈ। ਅਸੀਂ ਤਾਂ ਆਪਣਾ ਜੀਵਨ ਜੀ ਲਿਆ, ਜਿਹੜਾ ਆਉਣ ਵਾਲਾ ਸਮਾਂ ਬੜਾ ਭਿਅੰਕਰ ਸਮੇਂ ਆ ਰਿਹਾ, ਸਾਰੇ ਅਸੀਂ ਜਾਣਦੇ ਹਾਂ ਇਸ ਗੱਲ ਨੂੰ, ਪਰ ਫਿਰ ਵੀ ਅਸੀਂ ਆਰਾਮ ਨਾਲ ਬੈਠੇ ਹਾਂ। ਆਓ ਕੋਸ਼ਿਸ਼ ਕਰੀਏ, ਕਮ ਸੇ ਕਮ ਦੋ ਪੌਦੇ ਜ਼ਰੂਰ ਲਾਓ ਆਪਣੇ ਹੱਥੀਂ ਔਰ ਉਹਨਾਂ ਨੂੰ ਪਾਲੋ। ਇਹ ਨਹੀਂ ਕਿ ਫੋਟੋ ਖਿਚਵਾਈ, ਇਹ ਦੇਖਣਾ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸੁਨੀਲ ਦੱਤੀ ਤੁਹਾਨੂੰ ਸੜਕਾਂ 'ਤੇ ਨਜ਼ਰ ਆਏਗਾ।